ਸ਼੍ਰੀਨਗਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਡਰਾਈਵਰ ਜਾਂਦਾ ਹੈ। ਅਸੀਂ ਹੁਣ ਲੇਹ ਚੱਲਦੇ ਹਾਂ, ਗ੍ਰੇਸ਼ਰ ਚੱਲਦੇ ਹਾਂ, ਅਦੋਂ ਮਾਈਨਸ ਆਉਂਦਾ 8-10 ਵਿੱਚ ਅਸੀਂ ਰਹਿ ਕੇ ਆਉਂਦੇ ਹਾਂ, ਸਾਨੂੰ ਤੋਹਫਾ ਕਹਿ ਦਿੰਦੇ ਆ 10 ਸਾਲ ਦੀ ਸਜ਼ਾ। ਪਹਿਲੇ ਤਾਂ ਇਹਨਾਂ ਨੇ ਸਟੇਸ਼ਨ ਵੇਚ ਦਿੱਤੇ ਆ, ਤਾਂ ਵੀ ਚੁੱਪ ਰਹੇ ਹਾਂ। ਕਿਸਾਨ ਦੇ 750 ਬੰਦਾ ਜਾਂ 60,000 ਬੰਦਾ ਮਰਿਆ, ਤਾਂ ਵੀ ਚੁੱਪ ਰਹੇ ਕੱਖ ਨਹੀਂ। ਫਿਰ ਤਾਂ ਇਹਨਾਂ ਨੇ 4 ਸਾਲ ਫੌਜ ਕਰਤੀ, ਫੌਜ ਵੇਚ ਦਿੱਤੀ, ਫਿਰ ਵੀ ਚੁੱਪ ਰਹੇ। ਹੁਣ ਡਰਾਈਵਰਾਂ 'ਤੇ ਆ ਗਏ ਆ, ਜਦੋਂ ਮਰਜ਼ੀ ਆ, ਜਦੋਂ ਗੜੇ ਨੂੰ ਫੜਿਆ ਅਤੇ ਉਹ ਉੱਥੇ ਪੱਠੇ ਲੱਦੇ ਅਤੇ ਤੁਰ ਪਏ, ਉਹ ਕੰਮ ਆ। ਹਾਂ ਵੀ ਚੱਲ ਗੱਡੀ ਭਾਰ। ਅਮੀਰ ਸ਼ਾਹ ਅਤੇ ਮੋਦੀ ਸ਼ਾਹ ਜਿਹੜੇ ਜਾਂਦੇ ਆ, ਇਹ ਤਾਂ ਡਰਾਈਵਰ ਦੇ ਪਿੱਛੇ ਬਹਿ ਕੇ ਜਾਂਦੇ ਨਾ, ਕਿਸੇ ਮੀਟਿੰਗ ਵੀ ਜਾਂਦੇ ਆ, ਕਿੱਥੇ ਜਾਂਦੇ ਆ, ਡਰਾਈਵਰ ਹੀ ਜਾਂਦੇ ਆ। ਜਦੋਂ ਡਰਾਈਵਰ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ, ਅਤੇ ਅਸੀਂ ਵੀ ਵੀਰ ਜੀ ਅੱਜ ਨਵੇਂ ਸਾਲ ਦਾ ਤੋਹਫਾ ਦਿੱਤਾ ਡਰਾਈਵਰ ਨੇ। ਇਲਜ਼ਾਮ ਬੜੇ ਲੱਗਦੇ ਨੇ ਡਰਾਈਵਰਾਂ ਦੇ, ਕਹਿੰਦੇ ਭੁੱਖੀ ਟੋਟੇ ਖਾਧੇ ਬਿਨਾਂ ਰੋਡ 'ਤੇ ਨਹੀਂ ਚੜ੍ਹਦੇ, ਇਹ ਗੱਲ ਸਹੀ ਹੈ ਜਾਂ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਤੁਸੀਂ ਪਹਿਲਾਂ ਤਾਂ ਟੈਸਟ ਕਰਾ ਲਓ, ਫਿਰ ਇੰਟਰਵਿਊ ਲਿਓ। ਅਸੀਂ ਡਰਾਈਵਰੀ ਨਹੀਂ ਕਰੀ, ਨਾ ਅਸੀਂ ਡਰਾਈਵਰ ਕਰਾਂਗੇ। ਅਸੀਂ ਚਾਬੀਆਂ ਸਾਟ ਕੇ ਘਰ ਜਾ ਕੇ ਮਜ਼ਦੂਰੀ ਕਰਨੀ ਸਾਨੂੰ ਮਨਜ਼ੂਰ ਹੈ। ਤੁਸੀਂ 2 ਦਿਨਾਂ ਕਾਨੂੰਨ ਇਹ ਰੱਦ ਕਰਨਾ ਹੀ ਪੈਣਾ, ਨਹੀਂ ਤਾਂ ਕੰਮ ਚੱਲਣਾ ਨਹੀਂ। ਸਾਰੇ ਟਰਾਂਸਪੋਰਟ ਹੈਵੀ ਵਹੀਕਲ ਰੁਕ ਗਿਆ। ਆਪੇ ਅਮੀਤ ਸ਼ਾਹ ਦੇ ਆਣ ਕੇ, ਮੋਦੀ ਸਾਹਿਬ ਆਣ ਕੇ ਰੋਟੀਆਂ ਨਹੀਂ ਬਣਾਉਣੀਆਂ, ਇਹ ਬਣਾਉਣੀਆਂ ਡਰਾਈਵਰ ਨੇ। ਇਹ ਡਰਾਈਵਰ ਇੱਕ ਨਾ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਹੈ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਸੀਂ ਲੋਕਵਾਸ ਟੀਵੀ ਦੇਖ ਰਹੇ ਹੋ, ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ, ਇੱਕ ਗਾਣਾ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਜਹਾਜ਼ਾਂ ਨਾਲ ਔਖੀ ਆ ਡਰਾਈਵਰੀ ਟਰੱਕਾਂ ਦੀ, ਟੈਂਕਾਂ ਨਾਲ ਔਖੀ ਆ ਡਰਾਈਵਰੀ ਟਰੱਕਾਂ ਦੀ। ਤਾਂ ਬਹੁਤ ਸਾਰੇ ਡਰਾਈਵਰ ਜਿਹੜੇ ਨੇ ਉਹ ਹੜਤਾਲ ਦੇ ਨੇ, ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਡਰਾਈਵਰ ਨੇ ਉਹ ਸੜਕਾਂ 'ਤੇ ਉਤਰ ਆਏ ਨੇ। ਤੁਸੀਂ ਹੁਣ ਇਹ ਸੋਚਦੇ ਹੋਵੋਗੇ ਕਿ ਡਰਾਈਵਰ ਤਾਂ ਅਕਸਰ ਹੀ ਸੜਕਾਂ 'ਤੇ ਰਹਿੰਦੇ ਨੇ, ਸੜਕਾਂ 'ਤੇ ਆਉਣ ਦਾ ਇਹਨਾਂ ਦਾ ਕੀ ਮਕਸਦ ਹੈ? ਕਿਉਂਕਿ ਬਹੁਤ ਸਾਰੀਆਂ ਆਪਾਂ ਚਰਚਾਵਾਂ ਸੁਣਦੇ ਹਾਂ ਕਿ ਸਰਕਾਰੀ ਅਦਾਰਿਆਂ ਤੋਂ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਕਰਮਚਾਰੀ ਨੇ ਉਹ ਸੜਕਾਂ 'ਤੇ ਉਤਰਦੇ ਨੇ, ਉਸੇ ਮੰਤਵ ਨੂੰ ਲੈ ਕੇ ਜਿਹੜੇ ਡਰਾਈਵਰ ਨੇ ਉਹ ਸੜਕਾਂ 'ਤੇ ਉਤਰ ਆਏ ਨੇ। ਤਾਂ ਗੱਲਬਾਤ ਕਰਦੇ ਹਾਂ, ਡਰਾਈਵਰ ਸਾਹਿਬ ਇੱਥੇ ਮੌਜੂਦ ਨੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਹੋ ਜੀ? ਬਸ ਵਧੀਆ ਜੀ। ਅੱਛਾ, ਮੈਂ ਸ਼ੁਰੂਆਤ ਦੇ ਵਿੱਚ ਇਹ ਕਿਹਾ ਵੀ ਡਰਾਈਵਰ ਸੜਕਾਂ 'ਤੇ ਉਤਰ ਆਏ ਨੇ, ਬਹੁਤ ਸਾਰੇ ਆਪਾਂ ਨੂੰ ਲੋਕ ਦੇਖ ਰਹੇ ਨੇ, ਉਹ ਸੋਚਦੇ ਹੋਣਗੇ ਵੀ ਡਰਾਈਵਰ ਤਾਂ ਭਾਈ ਸੜਕਾਂ 'ਤੇ ਰਹਿੰਦੇ ਆ, ਹੁਣ ਕਿਹੜੇ ਮੰਤਵ ਨੂੰ ਲੈ ਕੇ ਆਏ ਹੋ ਤੁਸੀਂ? ਅਸੀਂ ਆਪੇ ਸੜਕਾਂ 'ਤੇ ਨਹੀਂ ਆਇਆ, ਸਾਨੂੰ ਨਾ ਸਰਕਾਰ ਨੇ ਖੁਦ ਲਿਆ ਸੜਕਾਂ 'ਤੇ ਸਾਨੂੰ। ਸਾਡੀਆਂ ਜਿਹੜੀਆਂ ਤਨਖਾਹਾਂ ਆ ਉਹ ਤਨਖਾਹਾਂ ਨੇ 5,000 ਤੋਂ ਲੈ ਕੇ 6,000 ਤੱਕ। ਜੇ ਤਾਂ ਮਹੀਨਾ ਲਾ ਕੇ ਮਾਲਕ ਕੋਲ ਜਾਈਏ ਤਾਂ ਮਾਲਕ ਕਹਿੰਦਾ ਤੇਰਾ ਤੁਹਾਡਾ ਟਾਇਰ ਫਟ ਗਿਆ, ਤੁਸੀਂ ਨੁਕਸਾਨ ਕਰਤਾ, ਤੁਸੀਂ ਇਹ ਕਰ ਦਿੱਤਾ, ਅਤੇ ਬੱਚੇ ਕਿੱਥੋਂ ਪਾਲਣਗੇ ਵਿਚਾਰੇ? ਜਿਹੜੀ ਹੁਣ ਸਰਕਾਰ ਨੇ ਨਵੀਂ ਕਾਨੂੰਨ ਲਿਆਈ ਹੈ, ਉਹ ਲਿਆਈ ਹੈ ਆਪਣੇ 10 ਸਾਲ ਸਜ਼ਾ ਡਰਾਈਵਰ ਨੂੰ, ਉਹ 7 ਲੱਖ ਰੁਪਇਆ ਜੁਰਮਾਨਾ। ਇਹ ਡਰਾਈਵਰ ਵਿਚਾਰਾ ਗਰੀਬ ਆਦਮੀ 5,000 ਜਾਂ 4,000 ਦੇ ਕਿੱਥੇ ਕਰੇਗਾ, ਕੀ ਕਰਨਾ ਹੈ? ਇਸ ਗੱਲ ਨੂੰ ਅਸੀਂ ਤਾਂ ਆਏ ਹਾਂ, ਅਸੀਂ ਡਰਾਈਵਰੀ ਨਹੀਂ ਕਰੀ, ਨਾ ਅਸੀਂ ਡਰਾਈਵਰ ਕਰਾਂਗੇ। ਅਸੀਂ ਚਾਬੀਆਂ ਸਾਟ ਕੇ ਘਰ ਜਾ ਕੇ ਮਜ਼ਦੂਰੀ ਕਰਨੀ ਸਾਨੂੰ ਮਨਜ਼ੂਰ ਹੈ। ਮਜ਼ਦੂਰੀ ਕਰੋਗੇ ਜੀ? ਡਰਾਈਵਰੀ ਨਾਲ ਵਧੀਆ ਪੇਸ਼ਾ ਆਇਆ, ਵਧੀਆ ਕੰਮ ਆ ਜੀ? ਡਰਾਈਵਰੀ ਤਾਂ ਬਹਿਦਾ ਪੇਸ਼ਾ ਨਹੀਂ ਹੈ। ਇਹ ਜਿਹੜੇ ਆਪਣੇ ਜਿਹੜੇ ਸਰਕਾਰ ਦੇ ਜਿਹੜੇ ਬੜੇ ਬੜੇ ਬੰਦੇ ਆ, ਇਹ ਨਹੀਂ ਡਰਾਈਵਰਾਂ ਨੂੰ ਸਮਝਦੇ ਕੀ ਆ ਕੀ ਨਹੀਂ। ਅਮੀਤ ਸ਼ਾਹ ਅਤੇ ਮੋਦੀ ਸ਼ਾਹ ਜਿਹੜੇ ਜਾਂਦੇ ਆ, ਇਹ ਤਾਂ ਡਰਾਈਵਰ ਦੇ ਪਿੱਛੇ ਬਹਿ ਕੇ ਜਾਂਦੇ ਨਾ, ਕਿਸੇ ਮੀਟਿੰਗ ਵੀ ਜਾਂਦੇ ਆ, ਕਿੱਥੇ ਜਾਂਦੇ ਆ, ਡਰਾਈਵਰ ਹੀ ਜਾਂਦੇ ਆ। ਕੋਰਟ ਵਿਡਰੀ ਕੇਸ ਹੋ ਗਿਆ, ਕੋਈ ਹੁੰਦੇ ਆ, ਉਹਨਾਂ ਨੂੰ ਕੌਣ ਜਾਂਦਾ ਹੀ ਆ? ਡਰਾਈਵਰ ਹੀ ਲੈ ਕੇ ਜਾਂਦਾ ਉਹਨਾਂ ਨੂੰ। ਜਦ ਡਰਾਈਵਰ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ, ਅਤੇ ਅਸੀਂ ਵੀ ਵੀਰ ਜੀ ਅੱਜ ਨਵੇਂ ਸਾਲ ਦਾ ਤੋਹਫਾ ਦਿੱਤਾ ਡਰਾਈਵਰ ਨੇ। ਆਲ ਟੈਂਕ ਜਿਹੜੇ ਵੀ ਆਲ ਟੈਂਕਰ ਨੜੀਨਵੇਂ ਡਿਪੂ ਵਾਲੇ ਡਰਾਈਵਰ ਨੇ ਤੋਹਫਾ ਦਿੱਤਾ, ਤੋਹਫਾ ਇਹ ਹੁੰਦਾ ਡਰਾਈਵਰ ਦਾ।
ਤੁਹਾਡੀ ਹੜਤਾਲ ਕੀਤੀ ਨਾ ਕੀ ਫਰਕ ਪਊਗਾ ਜੀ, ਸਰਕਾਰ ਤੱਕ ਆਵਾਜ਼ ਕਿਵੇਂ ਜਾਊਗੀ ਜੀ? ਬਾਈ ਜੀ, ਸਰਕਾਰ ਤੱਕ ਤਾਂ ਖੁਦ ਪਹੁੰਚ ਗਈ, ਅਸੀਂ ਤਾਂ ਪਹੁੰਚਾਉਂਦੇ ਚਾਹੁੰਦੇ ਹਾਂ ਨੀ ਜ਼ਿਲ੍ਹੇ। ਅੱਜ ਸਰਕਾਰ ਦੇ ਕਿਉਂ ਆਏ ਸਾਰੇ? ਤੁਸੀਂ ਕਹਿ ਰਹੇ ਹੋ ਚੁੱਲ੍ਹੇ ਬਣਨੇ ਬੰਦ ਹੋ ਚੁੱਕੇ, ਤੁਹਾਡੀ ਹੜਤਾਲ ਨਾਲ ਲੋਕਾਂ ਨੂੰ ਕੀ ਫਰਕ ਪਊਗਾ ਜੀ? ਭਾਅ ਜੀ, ਨਾ ਸਿਲੰਡਰ ਜਾਣਾ ਨਾ ਕਰਿਓ, ਨਾ ਸਾਰੀਆਂ ਚੀਜ਼ਾਂ ਟਰਾਂਸਪੋਰਟ ਰੁਕ ਗਈ, ਹਾਈਵੇ ਸਾਰਾ ਜਾਮ ਹੋ ਗਿਆ, ਮਹਿੰਗੀਆਂ ਹੋ ਜਾਣੇ ਮਹਿੰਗਾਈ, ਦੇਖੋ ਕਿਤੇ ਹੁਣ 2 ਦਿਨਾਂ 'ਚ ਟਿਕਾਣੇ ਆ ਜਾਣਾ ਸਾਰਾ ਕੁਛ ਜੀ। ਰੋਟਾਂ ਦੇ ਲੋਕਾਂ ਦੇ ਘਰਾਂ 'ਚ ਰੋਟੀ ਪੱਕਣੀ ਬੰਦ ਹੋ ਜੂਗੀ? ਮੈਂ ਕਿਹਾ ਜੀ, ਸਿਲੰਡਰ ਮੁੱਕ ਗਏ ਆਪੇ, ਹੁਣ ਪਾਥੀਆਂ ਮਿਲਦੀਆਂ ਨਹੀਂ, ਹੁਣ ਕੋਈ ਪਾਥਦਾ ਨਹੀਂ, ਨਾ ਕੋਈ ਪਸ਼ੂ ਰੱਖਦਾ ਡੰਗਰ, ਸਮਾਨ ਹੀ ਨਹੀਂ ਪਹੁੰਚਣਾ ਘਰਾਂ ਤੱਕ, ਚੁੱਲ੍ਹੇ ਤਾਂ ਆਪੇ ਬੰਦ ਹੋ ਜਾਣੇ ਆ ਬਲਣੇ। ਤੁਸੀਂ 2 ਦਿਨਾਂ ਕਾਨੂੰਨ ਇਹ ਰੱਦ ਕਰਨਾ ਹੀ ਪੈਣਾ, ਨਹੀਂ ਤਾਂ ਕੰਮ ਚੱਲਣਾ ਨਹੀਂ, ਸਾਰੇ ਟਰਾਂਸਪੋਰਟ ਹੈਵੀ ਵਹੀਕਲ ਰੁਕ ਗਿਆ, ਨਾਲੇ ਡਰਾਈਵਰੀ ਕਿਹੜਾ ਸੌਖੀ ਆ, ਜਹਾਜ਼ਾਂ ਨਾਲ ਔਖੀ ਤਾਂ ਟਰੱਕਾਂ ਦੀ ਡਰਾਈਵਰੀ ਆ, ਇਹ ਨਹੀਂ ਹੈ ਕਾਨੂੰਨ ਰੱਦ ਕੀਤਾ ਹੀ ਜਾਣਾ ਚਾਹੀਦਾ। ਬਾਈ ਜੀ, ਆ ਬਾਈ ਜੀ ਕਹਿ ਰਹੇ ਲੋਕਾਂ ਦੇ ਘਰਾਂ 'ਚ ਰੋਟੀ ਪੱਕਣੀ ਬੰਦ ਹੋ ਜਾਣੀ ਜੀ, ਪੱਕੀ ਹੋ ਜਾਣੀ ਆ ਵੀਰ ਜੀ, ਰੋਟੀ ਕੀ ਬੰਦ, ਅੰਦਰੋਂ ਬਾਹਰ ਨਿਕਲ ਜਾਣਾ, ਇਹਨਾਂ ਨੇ ਦੁੱਧ ਗਰਮ ਕਰਨ ਤੋਂ ਵੀ ਬੰਦ ਹੋ ਜਾਣਾ ਵੀਰ ਜੀ, ਜਦ ਇਹਨਾਂ ਦੇ ਘਰ ਗੈਸ ਨਹੀਂ ਹੈ, ਇਹਨਾਂ ਦੇ ਘਰ ਕੋਈ ਚੁੱਲ੍ਹਾ ਨਹੀਂ ਚੱਲਣਾ, ਕੋਈ ਕੱਖ ਨਹੀਂ, ਤਾਂ ਕੀ ਕਰਨਾ, ਰੋਟੀ ਤਾਂ ਬੰਦ ਹੀ ਹੋਣੀ ਹੈ, ਔਰ ਕਿੱਥੋਂ ਬਣਾਉਣਗੇ ਇਹ? ਆਪੇ ਅਮੀਤ ਸ਼ਾਹ ਦੇ ਆਣਗੇ, ਮੋਦੀ ਸਾਹਿਬ ਆਣਗੇ, ਰੋਟੀਆਂ ਨਹੀਂ ਬਣਾਉਣੀਆਂ, ਇਹ ਬਣਾਉਣੀਆਂ ਡਰਾਈਵਰ ਨੇ, ਇਹ ਡਰਾਈਵਰ ਇੱਕ ਨਾ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ, ਜਿਹੜਾ ਆਪਣੇ ਕੰਬਰ ਦੀ ਰੀੜ ਦੀ ਹੱਡੀ ਹੁੰਦੀ ਹੈ, ਸਾਡਾ ਕੰਬਰ ਟੁੱਟ ਜਾਂਦਾ, ਅਸੀਂ ਕੰਮ ਜਿਵੇਂ ਨਹੀਂ ਰਹਿੰਦੇ, ਇਹਦਾ ਡਰਾਈਵਰ ਪੂਰੇ ਦੇਸ਼ ਹੀ ਸੰਭਾਲ ਜਾਂਦਾ, ਆਪਣਾ ਸ਼੍ਰੀਨਗਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਡਰਾਈਵਰ ਜਾਂਦਾ ਹੈ, ਡਰਾਈਵਰ ਨੂੰ ਤੋਹਫਾ ਕੀ ਦਿੰਦੇ ਹੋ? 10 ਸਾਲ ਦੀ ਸਜ਼ਾ ਦਿੱਤੀ ਹੈ, ਹੋਰ ਕੀ ਦਿੱਤੀ? ਜਦੋਂ ਕਰੋਨਾ ਲੱਗਾ ਸੀ ਉਦੋਂ ਸਾਰਿਆਂ ਬੰਦਿਆਂ ਦੀ ਸੇਫਟੀ ਸੀ, ਤਾਂ ਡਰਾਈਵਰ ਨੇ ਆਪਣੀ ਮੌਤ ਜਿਹੜੀ ਧੇਲੀ 'ਤੇ ਕਰਕੇ ਅਤੇ ਹਰ ਘਰ ਸਮਾਨ ਪਹੁੰਚਾਇਆ ਡਰਾਈਵਰ ਨੇ, ਡਰਾਈਵਰ ਇੱਕ ਮੂਲੀ ਜਾਣੀ ਆ, ਡਰਾਈਵਰ ਨੂੰ ਸਮਝਿਓ, ਉਹ ਡਰਾਈਵਰ ਨਹੀਂ ਹੈ, ਇਸ ਗੱਲੋਂ ਅਸੀਂ ਰੋਡ 'ਤੇ ਆਏ ਹਾਂ, ਇਹ ਆਪਣੀ ਕਾਨੂੰਨ ਨੂੰ ਵਾਪਸ ਲੈ ਲਏ ਅਤੇ ਅਸੀਂ ਗੱਡੀ ਭਰਨੀ ਆ, ਜੇ ਇਹਨਾਂ ਨੇ ਕਾਨੂੰਨ ਵਾਪਸ ਨਾ ਲਈ ਅਸੀਂ ਗੱਡੀ ਨਹੀਂ ਭਰਨੀ, ਸਾਡਾ ਹੱਕ ਦੇਵੇ। ਇਹ ਮਨਸ਼ਾ ਕੀ ਲੱਗਦੀ ਆ, ਅਮਿਤ ਸ਼ਾਹ ਸਾਹਿਬ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੋਦੀ ਸਾਹਿਬ ਦਾ ਜ਼ਿਕਰ ਕਰ ਰਹੇ ਹੋ, ਉਹ ਤਾਂ ਬੜੇ ਸੁਲਝੇ ਹੋਏ ਬੰਦੇ ਨੇ ਜਿਹੜੇ ਬੀਜੇਪੀ ਨੂੰ ਪਿਆਰ ਕਰਨ ਵਾਲੇ ਲੋਕ, ਉਹ ਕਹਿੰਦੇ ਭਾਈ ਅਮਿਤ ਸ਼ਾਹ ਵਰਗਾ ਤਾਂ ਮੋਦੀ ਸਾਹਿਬ ਵਰਗਾ ਕੋਈ ਬੰਦਾ ਹੀ ਨਹੀਂ ਹੈਗਾ। ਵੀਰ ਜੀ, ਤਾਂ ਹੀ ਅਸੀਂ ਗਿਆ ਨਾ, ਬੜਾ ਅੱਛੇ ਬੰਦੇ ਨੇ ਜਿਹੜੇ, ਅੱਛੇ ਦਿਨ ਵੀ ਦੇ ਰਹੇ, ਪਹਿਲਾਂ ਤਾਂ ਇਹਨਾਂ ਨੇ ਸਟੇਸ਼ਨ ਵੇਚ ਦਿੱਤੇ ਆ, ਤਾਂ ਵੀ ਚੁੱਪ ਰਹੇ ਹਾਂ, ਕਿਸਾਨ ਦੇ 750 ਬੰਦਾ ਜਾਂ 60,000 ਬੰਦਾ ਮਰਿਆ, ਤਾਂ ਵੀ ਚੁੱਪ ਰਹੇ ਕੱਖ ਨਹੀਂ, ਫਿਰ ਤਾਂ ਇਹਨਾਂ ਨੇ 4 ਸਾਲ ਫੌਜ ਕਰਤੀ, ਫੌਜ ਵੇਚ ਦਿੱਤੀ, ਫਿਰ ਵੀ ਚੁੱਪ ਰਹੇ, ਹੁਣ ਡਰਾਈਵਰਾਂ 'ਤੇ ਆ ਗਏ ਆ, ਜੇ ਡਰਾਈਵਰ ਦੇਸ਼ ਖੁਦ ਬਿਗਾੜ ਨਹੀਂ ਕਰਦੀ ਹੈ, ਸਰਕਾਰ ਪਬਲਿਕ ਨਹੀਂ ਕਰਦੀ, ਜੇ ਸਰਕਾਰ ਨੇ ਚਾਹੁਣਾ ਸੀ, ਜੇ ਭਾਈ ਮੈਂ ਕਿਹੜਾ ਦਫਾ ਲਾਵਾਂ, ਕਿਹੜਾ ਨਾ ਲਾਵਾਂ, ਕੀ ਕਰਾਂ ਕੀ ਨਾ ਕਰਾਂ, ਇਹਨਾਂ ਨੇ ਸੋਚਿਆ ਚੱਲ ਆਪਣੇ ਬਹਿ ਕੇ ਰਾਤ 12 ਵਜੇ ਲਿਖੀ ਜਾਂਦਾ, ਕਿਸੇ ਨੂੰ ਪੁੱਛਦਾ ਵੀ ਨਹੀਂ ਹੈ ਸਾਡੇ ਡਰਾਈਵਰ ਦੀ, ਜਾਂ ਡਰਾਈਵਰ ਸਾਰੇ ਹਿੰਦੁਸਤਾਨ ਵੀ ਡਰਾਈਵਰ ਚੱਲਦਾ ਹੈ, ਪੂਰੇ ਡਰਾਈਵਰ ਹਿੰਦੁਸਤਾਨ ਜਿਹੜਾ ਡਰਾਈਵਰ ਦੇਸੀ ਨਾਲ ਚੱਲਦਾ ਹੈ, ਇਹ ਬਾਹਰ ਦੀ ਕਾਨੂੰਨਾਂ ਨਾ ਦੇਸ਼ ਦੀਆਂ, ਵਿਦੇਸ਼ ਮੈਂ ਰਹਿ ਕੇ ਆਇਆ ਵਿਦੇਸ਼ 'ਚ, ਮੈਨੂੰ ਦੱਸੇ ਕਿਹੜੇ ਦੇਸ਼ ਵਿੱਚ ਕਾਨੂੰਨ ਲੱਗੀ ਹੈ 10 ਸਾਲ ਸਜ਼ਾ ਦਾ, 7 ਲੱਖ ਰੁਪਇਆ ਜੁਰਮਾਨਾ, ਕਿਹੜੇ ਦੇਸ਼ ਵਿੱਚ ਹੈ? ਕਤਰ, ਮਸਕਟ, ਸਾਊਦੀ ਅਰਬ, ਦੁਬਈ, ਮੈਂ ਰਹਿ ਕੇ ਆਇਆ, ਮੈਂ ਡਰਾਈਵਰ ਹਾਂ, ਟਰਾਲਾ ਚਲਾਉਂਦਾ ਮੈਂ ਡਰਾਈਵਰ, ਮੇਰੇ ਕੋਲ ਆਪ ਦੀਆਂ ਗੱਡੀਆਂ ਨਾ, ਇਹ ਸ਼ੂਟਾਂ ਵਾਰ ਦੀਆਂ। ਇੱਕ ਜਿਹੜੇ ਹੈ ਨਾ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰੀਏ, ਬੀਜੇਪੀ ਦੇ ਜਿਹੜੇ ਸਮਰਥਕ ਨੇ ਉਹ ਕਹਿੰਦੇ ਭਾਈ ਮੋਦੀ ਸਾਹਿਬ ਚਾਹ ਵੇਚਦੇ ਵੇਚਦੇ ਪ੍ਰਧਾਨ ਮੰਤਰੀ ਬਣੇ ਨੇ, ਉਹ ਦੇਸ਼ ਦੀ ਮਤਲਬ ਬਹੁਤ ਕੁਛ ਸੋਚਣਗੇ, ਤੁਸੀਂ ਕਹਿ ਰਹੇ ਹੋ ਦੇਸ਼ ਨੂੰ ਵੇਚ ਕੇ ਖਾ ਗਏ। ਵੀਰ ਜੀ, ਇਹਦਾ ਹੀ ਕਿਰਦਾਰ ਹੈਗੇ, ਮੈਂ ਸ਼ਰੀਆਮ ਕਿਤੇ ਕਿਰਦਾਰ ਹੈਗੇ, ਇਹਨਾਂ ਦੇਸ਼ ਵੇਚੀਆ ਵਾ, ਦੇਸ਼ ਨਾ ਵੇਚਣ, ਅੱਜ ਪਬਲਿਕ ਕਿਉਂ ਖੱਜਲ ਹੁੰਦੀ ਪਈ ਆ, ਸਾਰੇ ਖੱਜਲ ਹੁੰਦੀ ਪਈ ਆ, ਪਬਲਿਕ ਖੁਦ ਪਬਲਿਕ ਨੂੰ ਖੱਜਲ ਕਰਾਉਂਦੇ ਪਏ ਆ ਵੀਰ, ਸਾਡਾ ਕੀ ਆ ਇਸ ਵਿੱਚ, ਅਸੀਂ 6,000 ਦੇ ਮੁਲਾਜ਼ਮ ਹਾਂ, ਜਦੇ ਨਹੀਂ ਆ ਸਾਨੂੰ 6,000 ਰੁਪਇਆ ਲੱਭਦਾ, ਉਹ ਵੀ ਕਦੇ ਸਹੀ ਸਲਾਮਤ ਨਾਲ ਅਸੀਂ ਪੁੱਜ ਜਾਈਏ, ਕੀ ਪਤਾ ਸਵੇਰੇ ਮੌਤ 'ਤੇ ਘੋੜੇ ਪੈਂਦੇ, ਪੁੱਜੀਏ ਨਾ ਪੁੱਜੀਏ, ਇਸ ਗੱਲ ਦਾ ਕੋਈ ਪਤਾ ਨਹੀਂ ਹੈ, ਅਸੀਂ 40 ਦੀ ਟੰਪੇਜ਼ 60 ਦੀ ਟੰਪੇਜ਼ ਤਾਂ ਡਰਾਈਵਰ ਬਹਿ ਕੇ ਗੱਡੀ ਚਲਾਉਣਾ ਹੈ, ਅਸੀਂ ਹੁਣ ਲੇਹ ਚੱਲਦੇ ਹਾਂ, ਗ੍ਰੇਸ਼ਰ ਚੱਲਦੇ ਹਾਂ, ਅਦੋਂ ਮਾਈਨਸ ਆਉਂਦਾ 8-10 ਵਿੱਚ ਅਸੀਂ ਰਹਿ ਕੇ ਆਉਣੇ ਹਾਂ, ਸਾਨੂੰ ਤੋਹਫਾ ਕੀ ਦਿੰਦੇ ਆ 10 ਸਾਲ ਦੀ ਸਜ਼ਾ ਅਤੇ 10 ਲੱਖ ਰੁਪਈਆ, ਅਤੋਂ ਅਸੀਂ ਸਰਕਾਰ ਅੱਗੇ ਇਹੀ ਕਰਦੇ ਹਾਂ, ਤੁਸੀਂ ਜੋ ਕਰ ਲੈ, ਅਸੀਂ ਗੱਡੀਆਂ ਨਹੀਂ ਚਲਾਉਣੀਆਂ, ਨਾ ਸਪਲਾਈ ਅਸੀਂ ਦੇਣੇ, ਨਾ ਗੱਡੀ ਚਲਾਉਣੀ, ਚੁੱਪ ਕਰਕੇ ਅਸੀਂ ਮਜ਼ਦੂਰੀ ਕਰਕੇ ਖਾ ਲਿਆਂਗੇ, ਅਸੀਂ ਸੜਨਾ ਨਹੀਂ ਹੈ ਜੇਲ੍ਹਾਂ ਵੀ ਜਾ ਕੇ, ਸਾਰੇ ਦਿਹਾੜੀ ਕਰੋਗੇ ਭਾਅ ਜੀ, ਮਜ਼ਦੂਰੀ ਕਰਾਂਗੇ, ਦਿਹਾੜੀ ਕਰਾਂਗੇ, ਬਾਕੀ ਸਾਰੇ ਦਿਹਾੜੀ ਕਰਾਂਗੇ ਜੀ, ਮਜ਼ਦੂਰੀ ਕਰਾਂਗੇ, ਡਰਾਈਵਰੀ ਨਹੀਂ ਕਰਾਂਗੇ।
ਡਰਾਈਵਰੀ ਨਹੀਂ ਹੋਣੀ ਭਾਜੀ, ਇਹ ਤਾਂ ਕਾਨੂੰਨ ਬਹੁਤ ਖਤਰਨਾਕ ਆ। ਕਈ ਆਪਾਂ ਵੀਡੀਓ ਦੇਖਦੇ ਆ, ਡਰਾਈਵਰਾਂ ਨੇ ਆਪਣੇ ਲਾਇਸੈਂਸ ਪਾੜ ਪਾੜ ਸੁੱਟ ਦਿੱਤੇ ਜੀ, ਸੁੱਟੇ ਆ ਜੀ, ਸੁੱਟਿਆ ਜੀ, ਕੀ ਕਰ ਰਿਹਾ ਸੁੱਟਿਆ ਵਾਹ ਬਹੁਤ ਬੰਦੇ ਤੋਂ ਨਾਲ ਸਾਡੇ ਭਈਏ ਚੰਗੇ ਆ ਜਿਹੜੇ ਸਬਜ਼ੀ ਵੇਚਦੇ ਆ। ਹਾਂਜੀ ਅਸੀਂ ਅਸੀਂ ਤਾਂ ਮਰਦੇ ਹਾਂ ਰਾਤ ਦਿਨ, 35 ਸਾਲ ਹੋ ਗਏ ਮੈਨੂੰ ਡਰਾਈਵਰੀ ਕਰਦੇ ਨੂੰ, ਸਾਡੇ ਬਾਰੇ ਕਿਸੇ ਅੱਜ ਤੱਕ ਕਿਸੇ ਨੇ ਵੀ ਸੋਚਿਆ ਜਾਂ ਕਾਂਗਰਸ ਨੇ ਕਿਸੇ ਨੇ ਵੀ ਵੀ ਇਹ ਡਰਾਈਵਰਾਂ ਦਾ ਕੋਈ ਕਿਸੇ ਨੂੰ ਪਿਲਸਣ ਲੱਗੀ ਅੱਜ ਤੱਕ ਕਿਸੇ ਨੂੰ ਕੁਛ? ਆਹ ਜਿਹੜੇ 17 ਸਾਲ ਫੌਜੀ ਨੌਕਰੀ ਕਰਕੇ ਜਾਂਦਾ ਉਹਨਾਂ ਨੂੰ ਕਿੰਨਾ ਕਿੰਨਾ ਪੈਸਾ ਮਿਲਦਾ, ਸਾਨੂੰ ਕੀ ਮਿਲਦਾ? ਸਾਨੂੰ ਉਲਟੀ ਸਜ਼ਾ 10 ਸਾਲ ਦੀ ਅਤੇ ਨਾਲ 7 ਲੱਖ ਜੁਰਮਾਨਾ, ਅਤੇ ਜਿਹੜੇ ਮਗਰ ਜਿਹਦਾ ਬਾਲ ਬੱਚਾ ਉਹ ਵੱਖਰਾ ਮਰ ਗਿਆ, ਜਿਹਦੇ ਇੱਕ ਡਰਾਈਵਰ ਦਾ 4-5 ਜੀ ਆ ਗਏ ਨਾ ਘਰ ਦੇ, ਅਤੇ ਜੇ ਹੁਣ 50 ਬੰਦਿਆਂ ਨੂੰ ਸਜ਼ਾ ਹੋ ਗਈ ਤਾਂ ਉਹਦਾ ਕਿੰਨਾ ਪਰਿਵਾਰ ਗਿਆ? ਤੁਸੀਂ ਆਪ ਸਿਆਣੇ, ਤੁਹਾਡੀ ਉਮਰ ਕਿੰਨੀ ਹੋ ਗਈ ਜੀ? ਮੇਰੀ 52 ਸਾਲ। ਆਪਾਂ ਜਦੋਂ ਹੈ ਨਾ ਦੇਖਦੇ ਹਾਂ ਸਰਕਾਰੀ ਅਦਾਰੇ ਦੇ ਵਿੱਚੋਂ ਕੋਈ ਰਿਟਾਇਰ ਹੋ ਕੇ ਜਾਂਦਾ, ਗਲ 'ਚ ਫੁੱਲਾਂ ਦੇ ਹਾਰ ਹੁੰਦੇ ਆ, ਢੋਲ ਢਮੱਕੇ ਨਾਲ ਉਹਨੂੰ ਘਰ ਲੈ ਕੇ ਜਾਇਆ ਜਾਂਦਾ, ਜਦੋਂ ਡਰਾਈਵਰ ਰਿਟਾਇਰਮੈਂਟ ਲੈਂਦਾ ਆ ਜਾਂ ਇਹ ਕਿੱਤਾ ਛੱਡਦਾ ਵੀ ਮੇਰੀ ਉਮਰ ਹੋ ਗਈ ਭਾਈ ਮੈਂ ਹੁਣ ਘਰ ਜਾਣਾ, ਫਿਰ ਡਰਾਈਵਰ ਢੋਲ ਢਮੱਕੇ ਨਾਲ ਜਾਂਦਾ ਜੀ? ਉਹ ਤਾਂ ਫਿਰ 4 ਜਣੇ ਚੁੱਕ ਕੇ ਖੜਦੇ ਆ ਕਬਰਾਂ 'ਚ, ਹੋਰ ਕੱਖ ਨਹੀਂ ਹੁੰਦਾ, ਕੋਈ ਢੋਲ ਢਮੱਕਾ ਉਹ ਹੀ ਆ ਵੀ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਅਤੇ ਇਹਨੂੰ ਲੈ ਜਾਓ। ਹਾਂਜੀ ਇਹਦਾ ਕੰਮ ਖਤਮ ਹੋ ਗਿਆ ਹੁਣ ਇੱਥੋਂ। ਹੋਰ ਤੁਸੀਂ ਵੇਖੋ ਸਾਡੇ ਡੀਪੂ ਦੇ ਵਿੱਚ ਅਫਸਰ ਰਿਟਾਇਰ ਹੁੰਦੇ ਆ ਨਾ, 98 ਲੱਖ ਰੁਪਈਆ ਮਿਲਦਾ, ਹਾਂਜੀ 98 ਲੱਖ ਕਰੋੜ ਹੀ ਹੋ ਗਿਆ। ਦੱਸੋ ਵੀ ਉਹ ਉੱਥੇ ਬਹਿ ਕੇ ਕੁਰਸੀ 'ਤੇ ਗੱਡੀ ਲਾ ਕੇ ਇੰਨਾ ਪੈਸਾ ਕਮਾਉਣ ਡਿਆ, ਅਤੇ ਜਿਹੜਾ ਰਾਤ ਦਿਨ ਮਰਦਾ 24 ਘੰਟੇ ਸਾਡੀ ਡਿਊਟੀ ਆ, ਸਾਨੂੰ ਕੋਈ ਦੱਸੇ ਆ ਗੱਲ ਆਣ ਕੇ ਵੀ ਇਹਦੀ 12 ਘੰਟੇ ਜਾਂ 8 ਘੰਟੇ ਡਿਊਟੀ ਆ? ਕਿੰਨੇ ਘੰਟੇ ਆ? 24 ਘੰਟੇ ਆ ਨਾ, ਜਦੋਂ ਮਰਜ਼ੀ ਆ, ਜਿੱਦਾਂ ਗਧੇ ਨੂੰ ਫੜਿਆ ਅਤੇ ਉਹ ਉੱਥੇ ਪੱਠੇ ਲੱਦੇ ਅਤੇ ਤੁਰ ਪਏ, ਉਹ ਕੰਮ ਆ। ਹਾਂ ਵੀ ਚੱਲ ਗੱਡੀ ਭਾਰ, ਇੱਥੇ ਹੁਣ ਰਾਤ 10 ਵਜੇ ਤੱਕ ਡੀਪੂ ਖੁੱਲ੍ਹਾ ਰਹਿੰਦਾ ਇੰਡੀਆ ਆਇਲ ਦਾ, ਅਸੀਂ BPC ਦੇ ਹਾਂ, ਅਤੇ 6 ਵਜੇ ਖੁੱਲ੍ਹਦਾ, ਇਹ ਨਹੀਂ ਵੀ 10 ਵਜੇ 9:30 ਆਣ ਕੇ ਡਰਾਈਵਰ ਘਰ ਨੂੰ ਚੱਲ ਜਾਏ। ਹਾਂ ਵੀ ਲਾ ਕਾਰਡ ਗੱਡੀ ਭਰਨੀ ਆ, ਅਤੇ ਉਹ ਗੱਡੀ ਭਰ ਗਈ ਉਹ ਕਿਹੜੇ ਪੰਪ 'ਤੇ ਜਾਏਗਾ ਅਤੇ ਕਦੋਂ ਸਾਏਗਾ? ਤਾਂ ਸਵੇਰੇ 6 ਵਜੇ ਆਣ ਕੇ ਫਿਰ ਕਾਰਡ ਲਾਏਗਾ, ਇਹ ਤੁਸੀਂ ਅੱਗੋਂ ਦੱਸੋ। ਬਾਪੂ ਜੀ ਤੁਸੀਂ ਕਹਿ ਰਹੇ ਹੋ ਡਰਾਈਵਰ ਦਾ ਹਾਲ ਗਧੇ ਵਾਲਾ ਹੈ, ਪਰ ਜਿਹੜਾ ਗਧੇ 'ਤੇ ਭਾਰ ਢੋਂਦਾ ਹੁੰਦਾ, ਜੇ ਮੰਨ ਲਓ ਗਧੇ ਦੇ ਖੁਰ 'ਚ ਖਰਾਬੀ ਆ ਜਾਵੇ, ਉਹ ਗਧੇ ਦੇ ਲੱਤ ਮਾਰ ਕੇ ਪਰੇ ਨੂੰ ਤੋਰ ਦਿੰਦਾ ਵੀ ਭਾਈ ਤੂੰ ਮੇਰੇ ਕੰਮ ਦਾ ਨਹੀਂ ਹੈਗਾ? ਸਾਡੇ ਲੱਤ ਹੀ ਵੱਜਣ ਡੇ ਆ, ਹੋਰ ਕੀ ਹੋਣ ਡਿਆ? ਹਾਂਜੀ ਇਹੋ ਹੀ ਕੰਮ ਆ। ਤੁਹਾਨੂੰ ਮੈਂ ਦੱਸ ਦਿੱਤਾ ਵੀ ਸਾਨੂੰ ਜਦੋਂ ਮਰਜ਼ੀ ਫੜ ਲੈਂਦੇ, ਹਾਂਜੀ ਚਲੋ ਉੱਠੋ ਗੱਡੀ ਭਰ ਗਈ ਆ ਚੱਲ ਪਈ, ਤੂੰ ਲੇਟ ਹੋ ਗਿਆ, ਕਿਉਂ ਨਹੀਂ ਤੂੰ ਆਇਆ ਟਾਈਮ ਨਾਲ? ਪੰਪ ਮੈਂ ਤਾਂ ਪੰਪ 'ਤੇ ਫੋਨ ਕੀਤਾ, ਉਹ ਕਹਿੰਦਾ ਗੱਡੀ ਖਾਲੀ ਹੋ ਗਈ ਆ। ਹਾਂਜੀ ਅਸੀਂ ਅਜੇ ਭਾਵੇਂ ਪੰਪ ਵਾਲੇ ਨੇ ਖਾਲੀ ਨਾ ਕਰਾਈ ਹੋਵੇ, ਉਹ ਕੋਲੋਂ ਝੂਠ ਮਾਰ ਦਿੰਦਾ, ਅਤੇ ਪ੍ਰੈਸ਼ਰ ਸਾਰੇ ਸਾਡੇ 'ਤੇ ਪਾਉਂਦੇ ਆ। ਹੁਣ ਤੁਸੀਂ ਆਏ ਹੋ, ਤੁਸੀਂ ਵੀ ਸਾਡੇ 'ਤੇ ਪ੍ਰੈਸ਼ਰ ਪਾਉਣ ਡਿਆ, ਮੁਲਾਜ਼ਮ ਆ ਗਏ ਉਹ ਅਸੀਂ ਨਹੀਂ ਪ੍ਰੈਸ਼ਰ ਪਾਉਂਦੇ, ਅਸੀਂ ਬਾਪੂ ਜੀ ਤੁਹਾਡੇ ਚੈਨਲ 'ਤੇ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਰਕਾਰ ਤੱਕ ਸਾਡੀ ਗੱਲ ਪਹੁੰਚਾਵੋਗੇ। ਅਸੀਂ ਬਾਪੂ ਜੀ ਸਾਨੂੰ ਦਰਦ ਆ ਤੁਹਾਡਾ, ਆਪਾਂ ਤਾਂ ਲੋਕਾਂ ਤੱਕ ਜਾਂ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚਾਉਣ ਆਏ ਹਾਂ ਜੀ। ਭਾਜੀ ਉਹ ਤਾਂ ਗੱਲ ਆ, ਸਾਡਾ ਕੋਈ ਸੋਚੇ ਸਾਨੂੰ ਕੋਈ ਭੈਣ, ਸਾਨੂੰ ਵੀ ਜਦੋਂ ਹੋਵੇ ਗੌਰਮੈਂਟ ਕਰੇ ਵੀ ਇੰਨੇ ਸਾਲ ਡਰਾਈਵਰੀ ਕਰੂਗਾ, ਇਹਨੂੰ ਵੀ ਡਰਾਈਵਰ ਨੂੰ ਇੰਨਾ ਕੁਛ ਦਿੱਤਾ ਜਾਏਗਾ, ਲਾਇਸੈਂਸ ਤੇ ਭਾਈ ਸਾਹਿਬ ਕੰਪਿਊਟਰ 'ਤੇ ਚੜ੍ਹੇ ਹੀ ਆ ਨਾ। 98 ਵਿੱਚ ਜੰਗ ਲਗਾ ਸੀ ਕਰਗਲ ਦਾ, ਸਾਡੇ ਡਰਾਈਵਰ ਸ਼ਹੀਦ ਹੋ ਗਏ, ਅਸੀਂ ਉਦੋਂ ਬਿਜਲੀ ਲਾਈਟਾਂ ਜਿੱਥੇ ਬਲਦੇ ਸਨ ਸਾਡੇ ਪਰ ਗੋਲੇ ਵਰਸਦੇ ਸਨ, ਮੈਂ ਖੁਦ 98 ਦਾ ਡਰਾਈਵਰ ਹਾਂ, ਅਤੇ ਅਸੀਂ ਨਾ ਹਨੇਰੇ ਕਾਲੀਆਂ ਰਾਤਾਂ ਵਿੱਚ ਹਨੇਰਿਆਂ ਵਿੱਚ ਅਸੀਂ ਗੱਡੀਆਂ ਜਾ ਕੇ ਬਾਰਡਰਾਂ ਦੇ ਪਹੁੰਚਾਉਂਦੇ ਰਹੇ ਹਾਂ, ਅਸੀਂ ਸਰਕਾਰ ਦੇ ਨਾਲ ਮੁੰਡੇ ਨਾਲ ਮੂੰਹ ਨਾਲ ਲਾ ਕੇ ਜੋੜਦੇ ਰਹੇ ਹਾਂ। ਜਦੋਂ 16-17 ਵਿੱਚ ਚੈਣਾਂ ਦੀ ਲੜਾਈ ਹੋਈ ਆ ਇਹਨਾਂ ਦੀ, ਪੁਲ ਟੁੱਟ ਗਿਆ, ਸਭ ਕੁਝ ਟੁੱਟ ਗਿਆ, ਉਦੋਂ ਆਲ ਟੈਂਕਰ ਡਰਾਈਵਰ ਜਿਹੜਾ ਜਾ ਕੇ ਉਹਨਾਂ ਦਾ ਤੇਲ ਪਹੁੰਚਾ ਕੇ ਆਇਆ ਬਾਰਡਰਾਂ 'ਤੇ, ਆ ਡਰਾਈਵਰ ਨੂੰ ਕਿਹ ਤੋਹਫਾ ਦਿੱਤਾ? 10 ਸਾਲ ਸਜ਼ਾ ਦਿੱਤੀ ਹੈ, 7 ਲੱਖ ਰੁਪਇਆ ਜੁਰਮਾਨਾ ਦਿੱਤਾ।
ਦਿੱਤਾ ਹੈ, ਇਹ ਮੋਦੀ ਸਰਕਾਰ ਨੇ ਦਿੱਤਾ ਸਾਨੂੰ ਤੋਹਫ਼ਾ। ਅੱਜ ਵੱਡਾ ਬੜਾ ਧੰਨਵਾਦ ਕਰਦੇ ਹਾਂ ਮੋਦੀ ਦਾ। ਲੋਕੀ ਤਾਂ ਪਹਿਲਾਂ ਹੈ ਨਾ ਚੋਣਾਂ ਸੀਗੀਆਂ ਜਦੋਂ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣਨਾ ਸੀਗਾ, ਲੋਕ ਤਾਂ ਨਾਅਰੇਬਾਜ਼ੀ ਕਰਦੇ ਸੀ, ਗਾਣੇ ਗਾਉਂਦੇ ਸੀ ਕਿ ਭਾਈ ਹਮ ਮੋਦੀ ਜੀ ਕੋ ਲਾਣੇ ਵਾਲੇ ਹੈ, ਅੱਛੇ ਦਿਨ ਆਉਣੇ ਵਾਲੇ ਹੈ। ਫਿਰ ਅੱਛੇ ਦਿਨ ਤੁਸੀਂ ਮੰਨਦੇ ਨਹੀਂ ਵੀ ਅੱਛੇ ਦਿਨ ਨਹੀਂ ਆਏ ਭਾਈ, ਅੱਛੇ ਦਿਨ ਆ ਗਏ, ਸਾਰਿਆਂ ਦੀ ਬਰਬਾਦੀ ਹੋ ਗਈ ਹੈ। ਪਹਿਲੇ ਕਿਸਾਨਾਂ ਦੀ ਬਰਬਾਦੀ ਹੋਈ ਹੈ, ਫਿਰ ਇਹਨਾਂ ਨੇ ਕਿਤੇ ਹੁਣ ਡਰਾਈਵਰਾਂ ਦੀ ਬਰਬਾਦੀ ਹੋ ਗਈ ਹੈ। ਇਸ ਤੋਂ ਅੱਛੇ ਦਿਨ ਕਿਹੜੇ ਆਉਣਗੇ ਸਾਡੇ ਤੇ, ਅਸੀਂ ਰੋਡ ਦੇ ਆ ਗਏ ਹਾਂ, ਅੱਛੇ ਦਿਨ ਹੀ ਉਹ ਆ ਗਏ ਸਾਡੇ ਤੇ। ਆਹ ਇਤਨੇ ਕਰਦੇ ਹਾਂ ਅਸੀਂ, ਜਿਹੜੇ ਆ ਗਏ ਬੜੇ ਸੋਹਣੇ ਮੋਦੀ ਸਾਹਿਬ ਸਾਨੂੰ ਤੋਹਫ਼ਾ ਦੇ ਰਿਹਾ। ਤੇ ਅਸੀਂ ਵੀ ਤੋਹਫ਼ਾ ਦਿੱਤਾ 2024 ਦਾ, ਪਹਿਲੀ ਜਨਵਰੀ ਅਸੀਂ ਤੋਹਫ਼ਾ ਦਿੱਤਾ। ਇਹ ਤੋਹਫ਼ਾ ਹੈ, ਤੁਹਾਡਾ ਮੈਸੇਜ ਹੈ, ਇਹ ਡਰਾਈਵਰ ਟੈਂਕ ਦਾ ਮੈਸੇਜ ਹੈ। ਜੇ ਮੋਦੀ ਨੂੰ ਕਹਿੰਦੇ ਸਰਕਾਰ ਨੂੰ ਆਪਣੀ ਕਾਨੂੰਨ ਜਿਹੜੇ ਪਾਕਿਸਤਾਨ ਦੇ, ਸਾਡਾ ਹੱਕ ਦੇ ਦੇ, ਤੁਹਾਡੇ ਕੋਲੋਂ ਅਸੀਂ ਕੱਖ ਨਹੀਂ ਮੰਗਦੇ, ਸਾਡਾ ਹੱਕ ਦੇ ਦੇ, ਜਿਹੜਾ ਕਾਨੂੰਨ ਲਾਗੂ ਆ ਸਾਨੂੰ ਉਹ ਹੀ ਰਹਿੰਦੇ ਤਾਂ ਠੀਕ ਹੈ, ਨਹੀਂ ਤਾਂ ਤੋਹਫ਼ਾ, ਜਦ ਉਹ ਤੋਹਫ਼ਾ ਦੇਗਾ ਅਸੀਂ ਤੋਹਫ਼ਾ ਦੇ ਦੇਵਾਂਗੇ। ਅਸੀਂ ਚਲਾਉਣੀਆਂ ਨਹੀਂ ਗੱਡੀਆਂ, ਟੈਂਕ ਚਲਾਉਣਾ ਹੀ ਨਹੀਂ ਆ, ਨਾ ਅਸੀਂ ਚਲਾਉਣ ਦੀ ਜ਼ਰੂਰਤ। ਅਸੀਂ ਚਾਬੀਆਂ ਦੇ ਕੇ ਘਰ ਘਰ ਚਲੇ ਜਾਵਾਂਗੇ, ਮੰਗ ਕੇ ਖਾ ਲਿਆ ਕੇ ਡਰਾਈਵਰੀ ਨਹੀਂ ਕਰਾਂਗੇ। ਬਾਪੂ ਜੀ ਗੱਲ ਸਹੀ ਆ ਜੀ, ਇੰਨਾ ਤੇ ਪਤਾ ਨਾ ਗੌਰਮੈਂਟ ਨੂੰ ਵੀ ਇਹਨਾਂ ਦੇ ਆਨਲਾਈਨ ਲਾਇਸੈਂਸ ਬਣੇ ਆ। ਹਾਂਜੀ, ਕਿੰਨਾ ਚਿਰ ਹੋ ਗਿਆ ਕਿਹਨੂੰ ਡਰਾਈਵਰੀ ਕਰਦੇ ਆ, ਉਸ ਹਿਸਾਬ ਨਾਲ ਤਾਂ ਸਾਨੂੰ ਸਾਡਾ ਹੱਕ ਤੇ ਸਾਨੂੰ ਮਿਲਣਾ ਚਾਹੀਦਾ ਨਾ, ਅਸੀਂ ਕੋਈ ਫੋਨ ਥੋੜੀ ਲਾਇਆ ਕਿਸੇ ਕੋਲੋਂ। ਬਾਪੂ ਜੀ ਇੱਕ ਇਲਜ਼ਾਮ ਬੜੇ ਲੱਗਦੇ ਨੇ ਡਰਾਈਵਰਾਂ ਦਾ, ਕਹਿੰਦੇ ਭੁੱਖੀ ਟੋਟੇ ਖਾਧੇ ਬਿਨਾਂ ਰੋਡ ਤੇ ਨਹੀਂ ਚੜ੍ਹਦੇ, ਇਹ ਗੱਲ ਸਹੀ ਹੈ ਜਾਂ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਤੁਸੀਂ ਪਹਿਲਾਂ ਤੇ ਟੈਸਟ ਕਰਾ ਲਓ, ਫਿਰ ਇੰਟਰਵਿਊ ਲਿਓ। ਹਾਂਜੀ, ਇਹ ਹੁਣ ਦੱਸੋ ਵੀ ਜੇ ਹੁਣ ਇੱਕ ਬੰਦਾ ਗੱਡੀ ਚਲਾਉਣ ਦਿਆ, ਪਹਿਲੀ ਤਾਂ ਗੱਲ ਇਹ ਮੈਂ ਤੁਹਾਨੂੰ ਦੱਸਾਂ, ਇਹਨੂੰ ਸਰਕਾਰ ਨੂੰ ਇਹ ਸੋਚਣਾ ਚਾਹੀਦਾ, ਕਾਰ ਦਿੱਤੀ ਆ, ਫੈਕਟਰੀਆਂ ਲਾਤੀਆਂ, ਗੱਡੀਆਂ ਕੱਢ ਦਿੱਤੀਆਂ, ਕਿਸੇ ਨੂੰ 60 ਦੀ ਸਪੀਡ 'ਤੇ ਕੋਈ ਗੱਡੀ ਹੈਗੀ ਆ, ਉਹ ਤੇ ਰਾਹ ਦੇ ਵਿੱਚ ਸਪੀਡ ਵਾਲੇ ਬੋਰਡ ਲਾ ਕੇ ਖੜ੍ਹ ਜਾਂਦੇ, ਆਹ ਸਪੀਡ ਇੰਨੀ ਗੱਡੀ ਦੀ, ਇੰਨੀ ਕਾਰ ਦੀ। ਜੇ ਇਹੋ ਪਿੱਛੋਂ ਸਪੀਡ ਘੱਟ ਹੋਵੇ, ਹਾਂਜੀ, ਉਸੇ ਸਪੀਡ 'ਤੇ ਗੱਡੀ ਚੱਲੇ ਅਤੇ ਸਪੀਡਾਂ ਵਾਲੇ ਨਾ ਖਲੋਣ, ਹਾਂਜੀ, ਅਤੇ ਉਹ ਆਪੇ ਬਚਾ ਹੋਵੇ। ਅੱਛਾ ਬਾਪੂ ਜੀ, ਇੱਕ ਮੈਂ ਤੁਹਾਨੂੰ ਸਵਾਲ ਜ਼ਰੂਰ ਕਰਾਂਗਾ, ਇਹ ਡਰਾਈਵਰਾਂ ਦਾ ਰੋਟੀ ਪਾਣੀ ਦਾ ਸਮਾਂ ਹੈਗਾ, ਜਿਵੇਂ ਆਪਾਂ ਬੈਂਕਾਂ 'ਚ ਚੱਲ ਜਾਈਏ ਲੰਚ ਟਾਈਮ ਹੁੰਦਾ ਵਾ ਦੁਪਹਿਰ ਦਾ ਸਮੇਂ, ਅਧਿਆਪਕਾਂ ਦਾ ਹੁੰਦਾ ਆ, ਡਰਾਈਵਰਾਂ ਦਾ ਕੋਈ ਲੰਚ ਟਾਈਮ ਹੈਗਾ ਜੀ? ਉਹ ਮਹਾਰਾਜ ਬੈਠਾ ਨਾ, ਉਹ ਹੀ ਦਿੰਦਾ ਆ, ਉਹਦੇ ਭਰੋਸੇ ਆ ਸਾਰਾ ਕੁਝ। ਭਾਅ ਜੀ ਕੋਈ ਟਾਈਮ ਨਹੀਂ ਡਰਾਈਵਰ ਦਾ, ਕੋਈ ਘਰ ਜਾਣ ਦਾ ਟਾਈਮ ਨਹੀਂ ਅਤੇ ਕੋਈ ਰੋਟੀ ਪਾਣੀ ਦਾ ਟਾਈਮ ਨਹੀਂ, ਉਹ ਪਰਮਾਤਮਾ ਹੀ ਟਾਈਮ ਦੇਣ ਵਾਲਾ ਅਤੇ ਉਹ ਹੀ ਖਵਾਉਣ ਵਾਲਾ। ਸਾਡੀ ਨਾ ਮੋੜ 'ਤੇ ਸਾਡੀ ਨਾ ਮਿੰਟ ਦਾ ਪਤਾ ਨਹੀਂ ਆ ਸਾਡੀ ਮੌਤ ਕਿੱਥੇ ਲਿਖੀ ਹੈ, ਕਦੇ ਰੋਟੀ ਖਾਣੀ ਆ ਕਦੇ ਨਹੀਂ ਖਾਂਦੇ, ਕਦੇ ਹੁੰਦੀ ਆ ਸਾਡੀ ਨਸੀਬ ਵਿੱਚ ਰੋਟੀ ਕਦੇ ਨਹੀਂ ਹੁੰਦੀ, ਅਤੇ ਮੰਤਰੀਆਂ ਦਾ ਕੰਮ ਮੈਂ ਖਾਲੀ ਬਹਿ ਕੇ ਕਾਨੂੰਨਾਂ ਚਲਾਉਣੀ ਆ। ਆ ਇੱਕ ਦਿਨ ਮੇਰੇ ਨਾਲ ਬਹਿ ਕੇ ਗੱਡੀ ਚਲਾ ਲੈ, ਇੱਥੋਂ ਜਲੰਧਰੋਂ ਲੈ ਕੇ ਨਾ ਅਤੇ ਲੇਹ ਤੱਕ ਚੱਲ ਮੇਰੇ ਨਾਲ, ਅਤੇ ਫਿਰ ਮੈਂ ਮੰਨਾਂਗਾ ਠੀਕ ਹੈ ਤੂੰ ਡਰਾਈਵਰ ਹੈ, ਅਸੀਂ ਕਿਸਾਨਾਂ ਦੇ ਪੁੱਤਰ ਹਾਂ, ਅਸੀਂ ਸਭ ਕੁਝ ਚੱਲਦੇ ਹਾਂ, ਮਜ਼ਦੂਰੀ ਕਰ ਲਵਾਂਗੇ, ਡਰਾਈਵਰੀ ਨਾ ਕੀਤੀ ਹੋਰ ਕੰਮ ਕਰਕੇ ਖਾ ਲਿਆਂਗੇ। ਫਿਰਦੇ ਅਸੀਂ ਆਹ ਜਿਹੜਾ ਬੰਬ ਆ, ਮੌਤ ਅਸੀਂ ਆਪਣੇ ਗਲ ਦੇ ਵਿੱਚ ਇੱਕ ਕਿਸਮ ਦੀ ਪਾਈ ਆ, ਜੇ ਕੋਈ ਗੱਲਬਾਤ ਹੋ ਜਾਵੇ ਅੱਗ ਲੱਗ ਗਈ ਅਤੇ ਯਕਦਮ ਗੱਡੀ ਹਿਲਾਰ ਕੇ ਤਾਂ ਬੰਦਾ ਉੱਤਰ ਕੇ ਤਾਂ ਭੱਜ ਨਹੀਂ ਚੱਲਿਆ। ਹਾਂਜੀ, ਫਿਰ ਹੋਰ ਜੇ ਉਹੋ ਜਿਹੇ ਥਾਂ ਕਿਤੇ ਗੱਡੀ ਹੋਵੇ ਅਤੇ ਵਿੱਚ ਕਿੰਨੇ ਵਿਚਾਰੇ ਮਰਨੇ ਆ, ਬੜਾ ਬਚਾਅ ਕਰਕੇ ਧਿਆਨ ਕਰਕੇ ਭਾਅ ਜੀ ਡਰਾਈਵਰੀ ਕਰਨੀ ਪੈਂਦੀ ਆ। ਡਰਾਈਵਰੀ ਕਹਿਣੀ ਸੌਖੀ ਆ, ਕਰਨੀ ਬੜੀ ਔਖੀ ਆ। ਭਾਅ ਜੀ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ, ਲੋਕ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਉਹ ਇਹ ਵੀ ਕਹਿੰਦੇ ਹੋਣੇ ਵੀ ਭਾਅ ਜੀ ਡਰਾਈਵਰੀ ਤਾਂ ਬਹੁਤ ਔਖੀ ਆ, ਬਹਿ ਕੇ ਸਟੇਅਰਿੰਗ ਹੀ ਘੁਮਾਉਣਾ, ਗੇਅਰ ਹੀ ਪਾਉਣੇ। ਮੈਂ ਸਾਰਿਆਂ ਡਰਾਈਵਰਾਂ, ਸਾਰੀ ਪਬਲਿਕ, ਆਲ ਪਬਲਿਕ ਨੂੰ ਮੈਸੇਜ ਦਿੰਦਾ, ਜੇ ਤੁਸੀਂ ਆਪਣੇ ਪੁੱਤਰ ਨੂੰ ਜਾਂ ਆਪਣੀ ਨਸਲ ਵਿੱਚ ਕਿਸੇ ਨੂੰ ਡਰਾਈਵਰ ਨਾ ਬਣਾਇਓ, ਉਹਨੂੰ ਕਿਉਂ ਭੀਖ ਮੰਗ ਕੇ ਖਾ ਲਿਆ, ਡਰਾਈਵਰ ਨਾ ਬਣੀ, ਅਸੀਂ ਉਹ ਮੈਸੇਜ ਦਿੰਦੇ ਹਾਂ ਹਰ ਪਬਲਿਕ ਦੇ ਕੋਲ। ਹਾਂ, ਬਹੁਤ ਬਹੁਤ ਸ਼ੁਕਰੀਆ ਭਾਅ ਜੀ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦਰਸ਼ਕੋ, ਬਿਲਕੁਲ ਇਹ ਡਰਾਈਵਰਾਂ ਦੀ ਗੱਲਬਾਤ ਸੁਣੀ ਤੁਸੀਂ, ਤਾਂ ਕੇਂਦਰ ਸਰਕਾਰ ਦੇ ਖਿਲਾਫ਼ ਇਹ ਮੁਜ਼ਾਹਰਾ ਕਰ ਰਹੇ ਨੇ, ਤਾਂ ਸਿੱਧੇ ਤੌਰ 'ਤੇ ਮੋਦੀ ਸਾਹਿਬ ਹੁਣਾਂ ਨੂੰ ਲੈ ਕੇ ਇਹ ਨਾਰਾਜ਼ ਹੈ ਵੀ ਭਾਈ ਮੋਦੀ ਸਾਹਿਬ ਹੁਣਾਂ ਨੇ ਜਿਹੜਾ ਕਾਨੂੰਨ ਬਣਾਇਆ ਆ
ਉਹਦੇ ਇਹ ਪੱਖ ਦੇ ਵਿੱਚ ਨਹੀਂ ਹੈਗੇ, ਇਹ ਵਿਰੋਧ ਕਰ ਰਹੇ ਨੇ। ਦੇਖਣਾ ਹੋਵੇਗਾ ਕਿ ਕਦੋਂ ਕੇਂਦਰ ਸਰਕਾਰ ਵੱਲੋਂ ਇਹਨਾਂ ਡਰਾਈਵਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਜੇ ਇਹਨਾਂ ਦੀਆਂ ਡਰਾਈਵਰਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਇਹ ਪ੍ਰੋਟੈਸਟ ਆ ਕਿੱਧਰ ਨੂੰ ਮੋੜ ਲੈਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ। ਲੋਕਵਾਸ ਟੀਵੀ ਦੇ ਲਈ ਸਿਮਰਨਜੀਤ ਸਿੰਘ ਢਿੱਲੋਂ ਜਲੰਧਰ।